ਇੰਜੀਨੀਅਰਿੰਗ 7th ਕਲਾਸ ਅੱਜ ਅਸੀਂ ਕੀ ਕਰਾਂਗੇ ਜਿਹੜਾ ਕੱਲ 24th ਅਗਸਤ ਨੂੰ ਹੋ ਰਿਹਾ ਪ੍ਰੀ ਪਾਸ ਮੌਕ ਟੈਸਟ ਉਹਦੀ ਤਿਆਰੀ ਕਰਾਂਗੇ ਠੀਕ ਹੈ ਉਹਦੀ ਲਾਸਟ ਮਿਨਟ ਰਿਵੀਜ਼ਨ ਤੁਸੀਂ ਡੱਟ ਕੇ ਆਪਣੀ ਤਿਆਰੀ ਕਰੋ ਜਿਹੜੇ ਤੁਹਾਨੂੰ ਗੂਗਲ ਫੋਰਮਸ ਆ ਰਹੇ ਨੇ ਉਹਨਾਂ ਵਿੱਚ ਬਹੁਤ ਬਹੁਤ ਜ਼ਿਆਦਾ ਪ੍ਰੈਕਟਿਸ ਕਰੋ ਫੋਰਮਸ 'ਤੇ ਵੀ ਪ੍ਰੈਕਟਿਸ ਕਰੋ ਲਿਖ ਲਿਖ ਕੇ ਵੀ ਪ੍ਰੈਕਟਿਸ ਕਰੋ ਅਤੇ ਨਾਲ ਦੀ ਨਾਲ ਆਪਾਂ ਕੀ ਕਰਦੇ ਹਾਂ ਜੋ ਐਜੂਕੇਟ ਵੈਬਸਾਈਟ 'ਤੇ ਸਾਡੇ ਕੋਲ ਕੁਛ ਰਿਵੀਜ਼ਨ ਪੇਪਰਸ ਆਏ ਹੋਏ ਹੈ ਤਾਂ 7th ਕਲਾਸ ਦਾ ਇਹ ਰਿਵੀਜ਼ਨ ਪੇਪਰ ਹੈ ਜਿਹਨੂੰ ਮੈਥਸ ਟੀਮ ਗੁਰਦਾਸਪੁਰ ਨੇ ਬਣਾਇਆ ਆਪਾਂ ਉਹਦੇ ਨਾਲ ਕੀ ਕਰ ਲੈਂਦੇ ਹਾਂ ਆਪਣੀ ਫਾਈਨਲ ਰਿਵੀਜ਼ਨ ਕਰ ਲੈਂਦੇ ਹਾਂ ਤਾਂ ਜਦੋਂ ਤੁਸੀਂ ਸਾਰੀ ਤਿਆਰੀ ਕਰ ਲੂੰਗੇ ਨਾ ਆਪਣੀ ਦੈਨ ਤੁਸੀਂ ਇਸ ਪੇਪਰ ਨੂੰ ਦੁਬਾਰਾ ਕਰਿਓ ਠੀਕ ਹੈ ਉਹਦੇ ਨਾਲ ਤੁਹਾਡਾ ਕੌਨਫੀਡੈਂਸ ਬੂਸਟ ਹੋਊਗਾ ਠੀਕ ਹੈ ਚਲੋ ਫਿਰ ਆਓ ਕੱਲ੍ਹ ਵੀ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਆਪਣਾ ਪੇਪਰ ਖੋਲ੍ਹਣਾ ਦੈਨ ਜਿਹੜਾ ਲਿੰਕ ਤੁਹਾਨੂੰ ਆਇਆ ਹੋਊਗਾ ਅਤੇ ਉਹਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਆਪਣਾ ਨਾਮ ਫੀਡ ਕਰੋਗੇ ਜਿੱਦਾਂ ਹੁਣ ਮੇਰਾ ਨਾਮ ਹੈ ਇੰਦਰਪ੍ਰੀਤ ਤੋਂ ਮੈਂ ਫਟਾਫਟ ਆਪਣਾ ਨਾਮ ਇੰਦਰਪ੍ਰੀਤ ਫੀਡ ਕਰ ਦਿੱਤਾ ਇੰਦਰਪ੍ਰੀਤ ਕੌਰ ਠੀਕ ਹੈ ਉਸ ਤੋਂ ਬਾਅਦ ਨੈਕਸਟ ਸਪੇਸ ਉਸ ਤੋਂ ਬਾਅਦ ਨੈਕਸਟ ਸਕੂਲ ਦਾ ਨਾਮ ਅੱਛਾ ਜੀ ਆਪਣੇ ਆਪਣੇ ਸਕੂਲ ਦਾ ਨਾਮ ਗੌਰਮੈਂਟ ਗਰਲਸ ਸੀਨੀਅਰ ਸੈਕੰਡਰੀ ਸਕੂਲ ਗੌਰਮੈਂਟ ਗਰਲਸ ਸੀਨੀਅਰ ਸੈਕੰਡਰੀ ਸਕੂਲ ਨੈਕਸਟ ਤਲਵਾੜਾ ਉਸ ਤੋਂ ਬਾਅਦ ਸੈਕਟਰ 3 ਰਾਈਟ ਲਓ ਜੀ ਉਸ ਤੋਂ ਬਾਅਦ ਬਲੋਕ ਦਾ ਨਾਮ ਬਲੋਕ ਦਾ ਨਾਮ ਆਪਣੇ ਆਪਣੇ ਬਲੋਕ ਦਾ ਨਾਮ ਮੇਰੇ ਬਲੋਕ ਦਾ ਨਾਮ ਤਲਵਾੜਾ ਹਰ ਪੇਪਰ ਦੀਆਂ ਅਲੱਗ ਅਲੱਗ ਸੈਟਿੰਗਸ ਹੁੰਦੀਆਂ ਠੀਕ ਹੈ ਇਹਨਾਂ ਨੇ ਬਲੋਕ ਦਾ ਨਾਮ ਵੀ ਪੁੱਛਿਆ ਹੋਇਆ ਡਿਸਟ੍ਰਿਕਟ ਆਪਣੇ ਆਪਣੇ ਡਿਸਟ੍ਰਿਕਟ ਦਾ ਨਾਮ ਫਿਲ ਕਰ ਸਕਦੇ ਹਾਂ ਅਸੀਂ ਮੇਰੇ ਡਿਸਟ੍ਰਿਕਟ ਦਾ ਨਾਮ ਹੈ ਹੁਸ਼ਿਆਰਪੁਰ ਠੀਕ ਨੈਕਸਟ ਸਟਾਰਟ ਹੋ ਗਏ ਹੁਣ ਸਾਡੇ ਕੋਲ ਕੁਸ਼ਚਨ ਕੁਸ਼ਚਨ ਕਰਨੇ ਆਪਾਂ ਡਾਇਰੈਕਟਲੀ ਇੱਥੇ ਬਟਨ ਹੀ ਪ੍ਰੈਸ ਕਰਨਾ ਸਟਾਰਟ ਕਰ ਦੇਣਾ ਪਹਿਲਾਂ ਆਪਣੇ ਨਾਲ ਇੱਕ ਪੇਪਰ ਰੱਖਣਾ ਜਾਂ ਕਾਪੀ ਰੱਖਣੀ ਹੈ ਅਤੇ ਨਾਲ ਦੀ ਨਾਲ ਆਪਣੇ ਕੋਲ ਪੈੱਨ ਵੀ ਰੱਖਣਾ ਔਰ ਫਿਰ ਪਹਿਲਾਂ ਕਾਪੀ 'ਤੇ ਕੁਸ਼ਚਨ ਸੋਲਵ ਕਰਨੇ ਆ ਪੇਪਰ 'ਤੇ ਕੁਸ਼ਚਨ ਸੋਲਵ ਕਰਨੇ ਆ ਫਿਰ ਬਟਨ ਪ੍ਰੈਸ ਕਰਨਾ ਤਾਂ ਸਟਾਰਟ ਕਰਦੇ ਹਾਂ ਆਪਾਂ ਕੁਸ਼ਚਨ ਨੰਬਰ 1 ਤੋਂ ਕੁਸ਼ਚਨ ਨੰਬਰ 1 ਦੇ ਵਿੱਚ ਤੁਹਾਡੇ ਕੋਲ ਕੀ ਕਹਿੰਦਾ ਪਿਆ ਕੁਸ਼ਚਨ ਨੰਬਰ 1 ਦੇ ਵਿੱਚ ਤੁਹਾਡੇ ਕੋਲ ਕਹਿ ਰਿਹਾ ਕਿ 30 ਡਿਗਰੀ ਦਾ ਸੰਪੂਰਕ ਕੋਣ ਪਤਾ ਕਰੋ ਸਪਲੀਮੈਂਟਰੀ ਐਂਗਲ ਆਫ 30 ਡਿਗਰੀ ਸਪਲੀਮੈਂਟਰੀ ਸੰਪੂਰਕ ਹੁਣ ਤੁਹਾਨੂੰ ਪਤਾ ਦੋ ਕੋਣ ਕਦੋਂ ਸੰਪੂਰਕ ਹੁੰਦੇ ਹਨ ਜਦੋਂ ਉਹਨਾਂ ਦਾ ਜੋੜ ਕਿੰਨਾ ਹੁੰਦਾ ਹੈ 180 ਡਿਗਰੀ ਹੈ ਨਾ ਤਾਂ ਮਤਲਬ ਤੁਹਾਡੇ ਕੋਲ 30 ਡਿਗਰੀ ਦਿੱਤਾ ਹੋਇਆ ਪਲੱਸ ਦੂਜਾ ਕੋਣ ਤੁਹਾਨੂੰ ਨਹੀਂ ਪਤਾ ਪਰ ਇਹਨਾਂ ਦੋਨਾਂ ਦਾ ਜੋੜ ਕਿੰਨਾ ਹੋਣਾ ਚਾਹੀਦਾ 180 ਡਿਗਰੀ ਕਿਉਂਕਿ ਸਪਲੀਮੈਂਟਰੀ ਦਾ ਇਹੀ ਮਤਲਬ ਹੁੰਦਾ ਤਾਂ ਤੁਹਾਡੇ ਕੋਲ ਇਹ ਵਾਲਾ ਕੋਣ ਕਿੱਦਾਂ ਨਿਕਲੂਗਾ ਤੁਸੀਂ ਕੀ ਕਰੋਗੇ ਆਹ ਜਿਹੜੀ ਖਾਲੀ ਥਾਂ ਹੈ ਦੂਜਾ ਕੋਣ ਕੱਢਣ ਵਾਸਤੇ 180 ਚੋਂ 30 ਨੂੰ ਮਾਈਨਸ ਕਰ ਦੂੰਗੇ ਜੋ ਮਾਈਨਸ ਕੀਤਾ ਤਾਂ ਤੁਹਾਡੇ ਕੋਲ ਕਿੰਨਾ ਆਂਸਰ ਆ ਗਿਆ 150 ਹੈ ਨਾ ਹੁਣ ਯਾਦ ਰੱਖਿਓ ਸਪਲੀਮੈਂਟਰੀ ਸੰਪੂਰਕ ਕੰਪਲੀਮੈਂਟਰੀ ਨਹੀਂ ਕਹਿੰਦਾ ਵਾ ਉੱਥੇ 90 ਹੁੰਦਾ ਠੀਕ ਹੈ ਤੋ ਆਂਸਰ ਕਿੰਨਾ ਆਇਆ 150 ਢੂੰਡਿਆ 150 ਹੈ ਹਾਂ ਹੈ ਆਪਟ ਕਰ ਲਿਆ ਠੀਕ ਹੈ ਉਸ ਤੋਂ ਬਾਅਦ ਨੈਕਸਟ ਅਗਲਾ ਕੁਸ਼ਚਨ ਹੈ ਰੇਖਾ ਖੰਡ ਦੇ ਅੰਤਿਮ ਬਿੰਦੂ ਡੈਸ਼ ਹੁੰਦੇ ਹਨ ਇਹ ਲਾਈਨ ਸੈਗਮੈਂਟ ਹੈਲਸ ਐਂਡ ਪੁਆਇੰਟਸ ਤੋਂ ਤੁਹਾਨੂੰ ਪਤਾ ਹੈ ਰੇਖਾ ਖੰਡ ਹੈ ਨਾ ਰੇਖਾ ਖੰਡ ਦੇ ਕੀ ਹੁੰਦੇ ਨੇ ਇੱਕ ਸਟਾਰਟਿੰਗ ਅਤੇ ਇੱਕ ਐਂਡ ਪੁਆਇੰਟ ਹੈ ਨਾ ਤਾਂ ਇੱਕ ਆਰੰਭਿਕ ਅਤੇ ਇੱਕ ਅੰਤ ਬਿੰਦੂ ਤੋਂ ਕਿੰਨੇ ਹੋ ਗਏ ਤੁਹਾਡੇ ਕੋਲ ਟੋਟਲ 2 ਹੈ ਨਾ ਤਾਂ ਅਸੀਂ ਕਿੰਨੇ ਲਿਖੀਏ ਰੇਖਾ ਖੰਡ ਦੇ ਕਿੰਨੇ ਅੰਤਮ ਬਿੰਦੂ ਹੁੰਦੇ ਹਨ ਕਿੰਨੇ ਹੁੰਦੇ ਨੇ 2 ਠੀਕ ਹੈ ਜੀ ਲਓ ਨੈਕਸਟ ਉਸ ਤੋਂ ਬਾਅਦ ਹੈ ਰੇਖੀ ਜੋੜਾ ਬਣਾਉਣ ਵਾਲੇ ਕੋਣ ਡੈਸ਼ ਹੁੰਦੇ ਹਨ ਐਂਗਲਸ ਦੈਟ ਮੇਕ ਅ ਲੀਨੀਅਰ ਪੇਅਰ ਆਰ ਕਾਲਡ ਹੁਣ ਤੁਹਾਨੂੰ ਪਤਾ ਜਿਹੜਾ ਲੀਨੀਅਰ ਪੇਅਰ ਹੁੰਦਾ ਉਹਦੇ ਵਿੱਚ 2 ਕੋਣ ਹੁੰਦੇ ਆ ਹੈ ਨਾ ਅਤੇ ਦੋਨੇ ਕੋਣਾਂ ਦਾ ਜੋੜ ਕਿੰਨਾ ਹੁੰਦਾ 180 ਡਿਗਰੀ ਤਾਂ ਅਸੀਂ ਉਹ 2 ਕੋਣਾਂ ਨੂੰ ਕੀ ਕਹਾਂਗੇ ਜਿਹੜੇ ਜਿਨ੍ਹਾਂ ਦਾ ਜੋੜ 180 ਡਿਗਰੀ ਹੁੰਦਾ ਅਸੀਂ ਹੁਣੇ ਹੁਣੇ ਫਸਟ ਕੁਸ਼ਚਨ 'ਚ ਵੀ ਉਹੀ ਚੀਜ਼ ਕੀਤੀ ਪੂਰਕ ਕਹਾਂਗੇ ਕੰਪਲੀਮੈਂਟਰੀ ਨਹੀਂ ਉਹ ਤਾਂ 90 ਡਿਗਰੀ ਹੁੰਦਾ ਇਕਾਂਤਰ ਕੋਣ ਕਹਾਂਗੇ ਨਹੀਂ ਸੰਪੂਰਕ ਕਹਾਂਗੇ ਹਾਂਜੀ ਬਿਲਕੁਲ ਅਸੀਂ ਕੀ ਕਹਾਂਗੇ ਸੰਪੂਰਕ ਕੋਣ ਮਤਲਬ ਸਪਲੀਮੈਂਟਰੀ ਐਂਗਲ ਕਹਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਹੈ ਤੁਹਾਡੇ ਕੋਲ ਚੌਥਾ ਕੁਸ਼ਚਨ ਦੇਖੋ ਜੀ ਫੋਰਥ ਕੁਸ਼ਚਨ ਦੇ ਵਿੱਚ ਤੁਹਾਨੂੰ ਕੀ ਕਹਿੰਦਾ ਪਿਆ ਪਹਿਲਾਂ ਕੁਸ਼ਚਨ ਪੜ੍ਹੋ ਧਿਆਨ ਦੇਣਾ 100/125 ਦਾ ਸਰਲਤਮ ਰੂਪ ਕਿਹੜਾ ਹੈ ਸਿੰਪਲੈਸਟ ਫੋਰਮ ਆਫ 100/125 ਤਾਂ ਤੁਹਾਡੇ ਕੋਲ 100 ਹੈ ਅਤੇ ਥੱਲੇ 125 ਹੈ ਨਾ ਅੱਛਾ ਹੁਣ ਦੇਖੋ ਧਿਆਨ ਦੇਣਾ ਇੱਕ ਚੀਜ਼ ਧਿਆਨ ਦੇਣਾ ਦੇਖੋ ਪਹਿਲੇ ਆਪਸ਼ਨ ਦੇ ਨਾਲ ਵੀ ਮਾਈਨਸ ਲੱਗਾ ਦੂਸਰੇ ਨਾਲ ਵੀ ਮਾਈਨਸ ਲੱਗਾ ਤੀਸਰੇ ਨਾਲ ਵੀ ਮਾਈਨਸ ਲੱਗਾ ਇਹ 3 ਆਪਸ਼ਨ ਤਾਂ ਬਿਲਕੁਲ ਗਲਤ ਹੈ ਕਿਉਂ ਕਿਉਂਕਿ ਤੁਹਾਡੇ ਕੋਲ ਜਿਹੜੀ ਰਕਮ ਦਿੱਤੀ ਹੋਈ ਹੈ ਉਹਦੇ ਨਾਲ ਮਾਈਨਸ ਨਹੀਂ ਲੱਗਾ ਹੋਇਆ ਨਹੀਂ ਨਾ ਲੱਗਾ ਹੋਇਆ ਤਾਂ ਤੁਸੀਂ ਕਿਹੜਾ ਆਪਸ਼ਨ ਕਰੈਕਟ ਚੁੱਕ ਲਓ 4/5 ਠੀਕ ਬਾਈ ਚਾਂਸ ਹੁਣ ਕੱਢਣਾ ਵੀ ਹੈ ਚੈੱਕ ਵੀ ਕਰਨਾ ਆਂਸਰ ਲੱਭ ਗਿਆ ਸਾਨੂੰ ਹੁਣ ਚੈੱਕ ਵੀ ਕਰਨਾ ਹੁਣ ਤੁਹਾਨੂੰ ਪਤਾ 25 ਦਾ ਪਹਾੜ ਹੈ ਨੋਰਮਲੀ ਬੱਚਿਆਂ ਨੂੰ ਇੰਨੇ ਵਾਰੀ ਸਵਾਲ ਕੱਢ ਲਏ ਉਹਨਾਂ ਨੂੰ ਫਟਾਫਟ ਯਾਦ ਹੈ ਨਾ ਉਹ ਕੀ ਕਹਿੰਦੇ ਆ 25 × 4 = 100 25 × 5 = 125 ਤੋਂ ਆਂਸਰ ਆ ਗਿਆ 4/5 ਹੈ ਨਾ ਤਾਂ ਦੇਖੋ ਹੈ ਕਿਤੇ 4/5 ਹਾਂ ਉਹੀ ਚੀਜ਼ ਸੀ ਅਸੀਂ ਪਹਿਲਾਂ ਹੀ ਲੱਭ ਲਈ ਸੀ ਕਿ ਬਈ ਬਾਕੀ ਸਾਰਿਆਂ ਨਾਲ ਮਾਈਨਸ ਲੱਗਾ ਇਹ ਤਾਂ ਗਲਤ ਹੈ ਸਿਰਫ ਇਹਦੇ ਨਾਲ ਮਾਈਨਸ ਨਹੀਂ ਲੱਗਾ ਹੋਇਆ ਤਾਂ ਇਹੀ ਠੀਕ ਹੋਊਗਾ ਉਸ ਤੋਂ ਬਾਅਦ ਆ ਜਾਓ 5ਵੇਂ ਕੁਸ਼ਚਨ 'ਤੇ 7/6 ਦੇ ਤੁਲ ਕਹਿੰਦਾ ਪਿਆ ਹੇਠ ਲਿਖਿਆਂ ਵਿੱਚੋਂ ਕਿਹੜੀ ਪਰਮੇਟ ਸੰਖਿਆ ਹੈ ਅਸੀਂ 7/6 ਦੇ ਇਕੁਲੈਂਟ ਲੱਭਣੀ ਹੈ ਠੀਕ ਹੈ ਜੀ ਅੱਛਾ 7/6 ਦੇ ਇਕੁਲੈਂਟ ਲੱਭਣ ਵਾਸਤੇ ਅਸੀਂ ਕੀ ਕਰਾਂਗੇ ਦੇਖੀਏ ਸਭ ਤੋਂ ਪਹਿਲਾਂ ਤਾਂ ਇਹਦੇ
7 by 6 है ना, तुहानू याद है जदों असीं इक्वलेंट करते हैं असीं की कहने हैं इत्थे अंश नू ते हार नू बराबर नंबरां दे नाल गुणा करनी है ना। तो हुण इहदे विच ध्यान नाल देखो, 7 बटा 6 जमा दा है ना जमा दा, आ दो ऑप्शनस तां पहले घट गईआं कीहड़ियां, माइनस 7 बटा 6 माइनस 1, क्यों इहनां दे नाल माइनस लगा होया, इह तां खतम हो गईआं। असीं हुण सिर्फ दो ऑप्शनस चैक करनीआं कीहड़ियां, 21 बटा 18 14 बटा 18, साडा टाइम बच गया। हुण तुहाडे कोल आया 21 बटा 18 ठीक है, तो दूसरी है तुहाडे कोल किद्दां 14 बटा 18। हुण तुसीं इहदे चों देखणा है कि कीहड़ी 7 बटा 6 दे तुल है। हुण की करांगे ਅਸੀਂ ਕੱਟ ਕੱਟ ਲਈ ਕੱਟ ਲਈਏ ਇਹਨੂੰ ਲੋਐਸਟ ਫਾਰਮ ਦੇ ਵਿੱਚ ਲੈ ਆਈਏ ਜਿਹੜੀ 7 ਬਟਾ 6 ਦੇ ਬਰਾਬਰ ਹੋਈ। ਲਓ ਜੀ ਇੱਥੇ ਕਿੰਨਾ ਆ ਗਿਆ ਤੁਹਾਡੇ ਕੋਲੇ, ਤੁਸੀਂ ਕਹੋਗੇ 3 7 21 ਤੇ 3 6 18। ਲਓ ਪਹਿਲੀ ਰਕਮ 7 ਬਟਾ 6 ਨਾਲ ਮਿਲ ਗਈ ਠੀਕ ਹੈ ਜੀ। ਤਾਂ ਇਹਦਾ ਮਤਲਬ 21 ਬਟਾ 18 ਤੁਹਾਡੇ ਕੋਲੇ ਕੀ ਹੈ, 7 ਬਟਾ 6 ਦੀ ਇਕੁਲੈਂਟ ਫਰੈਕਸ਼ਨ ਹੈ ਠੀਕ ਹੈ ਜੀ। ਇਕੁਲੈਂਟ ਤੁਹਾਡੇ ਕੋਲੇ ਤੁਲ ਪ੍ਰਮੇਯ ਸੰਖਿਆ ਹੈ, ਤਾਂ ਅਸੀਂ ਇਹਨੂੰ ਕੀ ਕਰ ਲਈਏ ਆਪਟ ਕਰ ਲਈਏ। ਵੈਸੇ ਵੀ ਦੂਸਰੀ ਵਾਲੀ ਹੈ ਜਿਹੜੀ, ਧਿਆਨ ਦੇ ਨਾਲ ਦੇਖੋ ਉਹ ਕਿੱਦਾਂ ਆਇਆ ਤੁਹਾਡੇ ਕੋਲੇ, ਉਹ ਆਇਆ ਤੁਹਾਡੇ ਕੋਲੇ ਕਿੱਦਾਂ ਕਰਕੇ, ਉਹ ਆਉਂਦਾ ਪਿਆ ਅਲੱਗ ਅਲੱਗ ਪਹਾੜਿਆਂ 'ਤੇ ਆਉਂਦਾ ਪਿਆ, ਮਤਲਬ ਉਹ ਆਉਂਦਾ ਪਿਆ ਤੁਹਾਡੇ ਕੋਲੇ ਦੋ ਦੇ ਪਹਾੜੇ 'ਤੇ ਕੱਢਦੇ ਪਏ ਆ, 2 7 ਆ ਔਰ ਇੱਥੇ 2 9 ਆ ਹੈ ਨਾ। ਤੁਸੀਂ ਹੁਣ 7/9 ਦੇ ਨਾਲ ਤਾਂ ਨਹੀਂ ਗੁਣਾ ਕਰੋਗੇ ਇੱਥੇ, ਇੱਥੇ ਤੁਸੀਂ ਬਰਾਬਰ ਰਕਮਾਂ ਨਾਲ ਗੁਣਾ ਕਰੋਗੇ। ਉਹ ਕਿਹੜੀ ਕਿਹੜੀ, ਇੱਥੇ ਕਿੰਨਾ ਗੁਣਾ ਕੀਤਾ ਇਹਨੂੰ 3 ਦੇ ਨਾਲ, ਇੱਥੇ ਕਿੰਨਾ ਗੁਣਾ ਕੀਤਾ ਇਹਨੂੰ 3 ਦੇ ਨਾਲ ਠੀਕ ਹੈ। ਤਾਂ ਇੱਥੇ ਕਿੰਨਾ ਆਇਆ, ਇੱਥੇ ਕਿੰਨਾ ਆਇਆ 21, ਇੱਥੇ ਕਿੰਨਾ ਆਇਆ ਤੁਹਾਡੇ ਕੋਲੇ 18। ਤਾਂ ਕਰੈਕਟ ਆਨਸਰ ਕਿਹੜਾ ਤੁਹਾਡੇ ਕੋਲੇ 21/18, ਤਾਂ ਅਸੀਂ ਉਹਨੂੰ ਆਪਟ ਕਰ ਲਿਆ। ਉਸ ਤੋਂ ਬਾਅਦ 6ਵਾਂ ਕੁਐਸਚਨ ਹੈ, 6ਵੇਂ ਕੁਐਸਚਨ ਵਿੱਚ ਕੀ ਦੇਖੋ ਕੀ ਕਹਿੰਦਾ, 5/8 ਮਾਈਨਸ 8/16 ਕੀ ਹੋਵੇਗਾ, ਮਤਲਬ ਮਾਈਨਸ ਕਰਨੀ ਹੈ ਠੀਕ ਹੈ ਜੀ। ਲਓ ਫੇ ਕੀ ਕਰੀਏ ਇਹਦੇ ਵਾਸਤੇ, 5/8 ਹੈ ਅਤੇ ਮਾਈਨਸ 8/16। ਹੁਣ ਸਭ ਤੋਂ ਪਹਿਲਾਂ ਤੁਸੀਂ ਦੇਖਿਆ ਕਿ ਹਰ ਬਰਾਬਰ ਨਹੀਂ ਸੀ, ਹਰ ਬਰਾਬਰ ਕੀਤੇ, ਹਰ ਬਰਾਬਰ ਕਰਨ ਵਾਸਤੇ ਤੁਸੀਂ ਕੀ ਕਰੋਗੇ, 8 ਅਤੇ 16 ਦਾ ਕੀ ਲਉਂਗੇ, ਐਲਸੀਅਮ ਲਉਂਗੇ। 8 ਅਤੇ 16 ਦਾ ਐਲਸੀਅਮ ਲੈਣ ਵਾਸਤੇ ਧਿਆਨ ਦੇ ਨਾਲ ਐਲਸੀਅਮ ਲੈਣਾ, 2 ਚੌਕਾ 8, 2 8 16, ਫਿਰ 2 'ਤੇ ਗਿਆ, ਫਿਰ 4 ਆ ਗਿਆ, ਫਿਰ 2 'ਤੇ ਗਿਆ, ਇੱਥੇ 1, ਇੱਥੇ 2, ਫਿਰ 2 'ਤੇ ਗਿਆ ਠੀਕ ਹੈ ਜੀ। ਸਾਰੇ ਖਤਮ ਹੋ ਗਏ, 2 × 4 × 8 × 16, 16 ਐਲਸੀਅਮ ਆ ਗਿਆ ਠੀਕ ਹੈ ਜੀ। ਹੁਣ 8 ਨੂੰ ਕਿੰਨਾ ਗੁਣਾ ਕਰਾਂਗੇ, 16 ਆ ਜਾਏ 2, ਅਤੇ ਉੱਪਰ ਕਿੰਨਾ ਬਣ ਗਿਆ 10, ਮਾਈਨਸ 16 ਦਾ 16 ਹੀ 8 ਉੱਦਾਂ ਹੀ ਆਜੂਗਾ, 10 'ਚੋਂ 8 ਗਏ 2/16। ਜਦੋਂ ਤੁਸੀਂ ਇਹਨੂੰ ਕੱਟਿਆ, ਕੱਟ ਕੇ ਕਿੰਨਾ ਆ ਗਿਆ ਤੁਹਾਡੇ ਕੋਲ, 1/8 ਆ ਗਿਆ ਲੋਐਸਟ ਫਾਰਮ ਦੇ ਵਿੱਚ। ਹੁਣ ਦੇਖੋ ਕਿਤੇ ਹੈ 1/8, ਦੇਖੋ ਹਾਂ ਬਿਲਕੁਲ ਹੈਗਾ 1/8। ਉਹਨਾਂ ਨੇ ਤੁਹਾਨੂੰ ਭੁਲੇਖਾ ਪਾਉਣ ਵਾਸਤੇ 1/16 ਵੀ ਦਿੱਤਾ ਹੋਇਆ, ਤੁਸੀਂ ਕਿਹਨੂੰ ਆਪਟ ਕਰਨਾ, 1/8 ਨੂੰ ਠੀਕ ਹੈ ਜੀ, ਹੱਲ ਕਰਕੇ ਕਰਨਾ। ਨੈਕਸਟ ਕੁਐਸਚਨ ਦੇਖੋ, ਹੇਠ ਲਿਖਿਆਂ ਵਿੱਚੋਂ ਕਿਹੜੀ ਸੰਖਿਆ ਪੂਰਨ ਸੰਖਿਆ ਨਹੀਂ ਹੈ। ਹੁਣ ਤੁਹਾਨੂੰ ਪਤਾ ਹੋਲ ਨੰਬਰਸ ਜਾਂ ਪੂਰਨ ਸੰਖਿਆ ਕਿੱਥੋਂ ਸਟਾਰਟ ਹੁੰਦੇ ਨੇ, 0 ਤੋਂ, 0 1 2 3 4 5 6। ਹੁਣ ਤੁਸੀਂ ਦੇਖੋ 0 ਵੀ ਹੈ, 2 ਵੀ ਹੈ, 5 ਵੀ ਹੈ, ਇਹ ਤਾਂ ਸਾਰੀਆਂ ਪੂਰਨ ਸੰਖਿਆਵਾਂ ਹੈ, ਬਟ -5 ਨਹੀਂ ਹੈ, -5 ਸੰਪੂਰਨ ਇੰਟੀਜਰ ਹੈ, ਤਾਂ ਇਹ ਪੂਰਨ ਸੰਖਿਆ ਨਹੀਂ ਹੈ, ਇਹਨੂੰ ਆਪਟ ਕਰ ਲਿਆ। 8ਵਾਂ ਕੁਐਸਚਨ ਹੈ ਤੁਹਾਡੇ ਕੋਲ, ਹੇਠ ਲਿਖੇ ਵਿਕਲਪਾਂ ਵਿੱਚੋਂ ਸਭ ਤੋਂ ਵੱਡੀ ਪ੍ਰਮੇਯ ਸੰਖਿਆ ਕਿਹੜੀ ਹੈ, ਸਭ ਤੋਂ ਵੱਡਾ ਰੈਸ਼ਨਲ ਨੰਬਰ ਕਿਹੜਾ ਹੈ। ਅੱਛਾ ਹੁਣ ਧਿਆਨ ਦੇਣਾ ਦੇਖੀਏ, ਸ਼ਾਰਟਕੱਟ, ਸ਼ਾਰਟਕੱਟ ਇਨ ਦਾ ਸੈਂਸ ਅਸੀਂ ਆਪਸ਼ਨਸ ਦੇ ਵਿੱਚੋਂ ਘਟਾਉਣੀਆਂ ਆ ਆਪਸ਼ਨਸ, ਮਾਈਨਸ ਵਾਲੀਆਂ ਰਕਮਾਂ ਦੇ ਨਾਲ ਪਲੱਸ ਵਾਲੀਆਂ ਰਕਮਾਂ ਵੀ ਹੈ ਹੈਗੀਆਂ, ਤਾਂ ਮਾਈਨਸ ਵਾਲੀਆਂ ਰਕਮਾਂ ਤਾਂ ਕਦੀ ਵੀ ਵੱਡੀਆਂ ਨਹੀਂ ਹੋਣਗੀਆਂ, ਉਹਨਾਂ ਨੂੰ ਛੱਡ ਦਿਓ। ਬਾਕੀ ਕਿਹੜੀ ਕਿਹੜੀ ਬਚ ਗਈ ਦੇਖੋ ਧਿਆਨ ਦੇਣਾ, ਬਾਕੀ ਬਚ ਗਈ ਤੁਹਾਡੇ ਕੋਲ 5/6 ਅਤੇ ਦੂਸਰੀ ਕਿਹੜੀ ਬਚ ਗਈ, 7/8 ਹੈ ਨਾ। ਅੱਛਾ ਜੀ ਹੁਣ ਇਹਦੇ ਵਿੱਚ ਅਸੀਂ ਕੀ ਕਰੀਏ, ਜਦੋਂ ਅਸੀਂ ਦੇਖਦੇ ਪਏ 5/6 ਅਤੇ 7/8, ਅਸੀਂ ਦੇਖਦੇ ਪਏ ਦੋਨਾਂ ਦੇ ਤੁਹਾਡੇ ਕੋਲ ਜਿਹੜੇ ਹਰ ਨੇ ਉਹ ਕੀ ਨੇ, ਅਲੱਗ ਅਲੱਗ ਨੇ, ਕਿਉਂਕਿ ਇਹਨਾਂ ਦੇ ਹਰ ਅਲੱਗ ਅਲੱਗ ਨੇ। ਅਸੀਂ ਕੀ ਕਰਾਂਗੇ, ਇਹਨਾਂ ਦਾ ਐਲਸੀਅਮ ਲਵਾਂਗੇ, ਚਲੋ ਠੀਕ ਹੈ, ਇਹਨਾਂ ਦਾ ਐਲਸੀਅਮ ਲੈ ਲੈਂਦੇ ਹਾਂ। ਤਾਂ ਜਦੋਂ ਅਸੀਂ ਇਹਨਾਂ ਦਾ ਐਲਸੀਅਮ ਲਿਆ 6 ਅਤੇ 8 ਦਾ, ਚਲੋ ਜੀ ਕਿਤੇ ਗਿਆ, 2 'ਤੇ ਗਿਆ ਹੈ ਨਾ, 2 3 6, 2 4 8, ਫਿਰ 2 'ਤੇ ਗਿਆ, ਫਿਰ ਇੱਥੇ ਆ ਗਿਆ 3 2, ਫਿਰ 2 'ਤੇ ਗਿਆ, ਚਲੋ ਜੀ ਫਿਰ ਕਿੱਥੇ ਗਿਆ, 3 'ਤੇ ਗਿਆ ਹੈ ਨਾ। ਲਓ 2 × 4 × 8, 3 24, ਕਿੰਨਾ ਐਲਸੀਅਮ ਆ ਗਿਆ ਤੁਹਾਡੇ ਕੋਲ, 24 ਆ ਗਿਆ। ਹੁਣ ਤੁਸੀਂ ਕੀ ਕਰਨਾ, ਤੁਹਾਨੂੰ ਯਾਦ ਹੈ ਤੁਸੀਂ 5/6 ਨੂੰ ਕਿੰਨਾ ਗੁਣਾ ਕਰੋਗੇ, ਬਟੇ ਦੇ ਵਿੱਚ 24 ਬਣ ਜਾਏ, ਤੁਹਾਨੂੰ ਯਾਦ ਹੈ 6 × 4 24, ਉੱਪਰ ਵੀ 4 ਆ ਗਿਆ, ਉੱਪਰ ਬਣ ਗਿਆ 20। 7/8 ਨੂੰ ਕਿੰਨਾ ਗੁਣਾ ਕਰਾਂ ਕਿ ਬਟੇ ਦੇ ਵਿੱਚ 24 ਬਣ ਜਾਏ, ਤੁਸੀਂ ਕਹੋਗੇ 3 ਦੇਣਾ, ਉੱਪਰ ਵੀ 3 ਦੇਣਾ, ਉੱਪਰ ਕਿੰਨਾ ਬਣ ਗਿਆ 21। ਹੁਣ ਤੁਹਾਡੇ ਕੋਲ 2 ਰਕਮਾਂ ਆ ਗਈਆਂ, 20/24 ਅਤੇ 21/24। ਹੁਣ ਦੇਖੋ ਇਹਨਾਂ ਦੋਨਾਂ 'ਚ ਕੌਣ ਵੱਡਾ, ਤੁਸੀਂ ਕਹੋਗੇ 21/24। ਮੈਂ ਕਹੂੰਗੀ ਅੱਛਾ 21/24 ਕਿੱਦਾਂ ਆਇਆ, ਤੁਸੀਂ ਕਹੋਗੇ 7/8 ਦੇ ਨਾਲ ਹੈ ਨਾ। ਤਾਂ ਕਿਹੜੀ ਰਕਮ ਸਭ ਤੋਂ ਵੱਡੀ ਹੋ ਗਈ ਤੁਹਾਡੇ ਕੋਲੇ, 7/8 ਠੀਕ ਹੈ, ਸੋਲਵ ਕਰਕੇ ਹੀ ਕਰਨਾ। ਤਾਂ 7/8 ਨੂੰ ਤੁਸੀਂ ਕੀ ਕਰ ਲਿਆ, ਆਪਟ ਕਰ ਲਿਆ। ਉਸ ਤੋਂ ਬਾਅਦ ਨੈਕਸਟ ਕੁਐਸਚਨ ਦੇਖੋ, ਨੈਕਸਟ ਕੁਐਸਚਨ ਹੈ 2 ਪ੍ਰਮੇਯ ਸੰਖਿਆਵਾਂ ਵਿਚਕਾਰ ਕਿੰਨੀਆਂ ਪ੍ਰਮੇਯ ਸੰਖਿਆਵਾਂ ਹੋ ਸਕਦੀਆਂ ਹਨ, ਕਿੰਨੇ ਹੋ ਸਕਦੇ ਨੰਬਰ, ਕਿੰਨੇ 2 ਰੈਸ਼ਨਲ ਨੰਬਰਸ ਦੇ ਵਿੱਚ ਕਿੰਨੇ ਰੈਸ਼ਨਲ ਨੰਬਰ ਹੋ ਸਕਦੇ ਨੇ, ਬਹੁਤ ਜ਼ਿਆਦਾ, ਅਣਗਿਣਤ, ਅਨੰਤ ਠੀਕ ਹੈ ਜੀ। ਖਾਲੀ ਥਾਵਾਂ ਭਰੋ, ਉਹ ਕਹਿੰਦਾ ਪਿਆ 4/5 ਕੀ ਹੈ ਤੁਹਾਡੇ ਕੋਲੇ, ਦੇਖੋ ਤੁਹਾਨੂੰ ਕਹਿੰਦਾ ਪਿਆ 4/5 ਖਾਲੀ ਥਾਂ, ਫਿਰ ਹੈ 5/4। ਹਾਂਜੀ ਤੁਹਾਨੂੰ ਇੱਕ ਚੀਜ਼ ਕਲੀਅਰ ਹੈ ਇਹਦੇ ਵਿੱਚ ਕਿ
ਸਾਡੇ ਕੋਲੇ ਹੁਣ ਇਹਦੇ ਵਿੱਚ ਤੁਸੀਂ ਐਲਸੀਅਮ ਲੈਣਾ, ਐਲਸੀਅਮ ਲੈ ਕੇ ਕਰ ਲਓ, ਠੀਕ ਹੈ। ਇੱਕ ਚੀਜ਼ ਦੇਖੋ, 5 ਜਦੋਂ 4 ਦੇ ਨਾਲ ਭਾਗ ਹੁੰਦਾ ਵਿਆ, ਹੈ ਨਾ, ਜਦੋਂ ਉਦਾਂ ਦੇਖੋ ਇਹਦੇ ਬਟੇ ਦੇ ਵਿੱਚ ਛੋਟੀ ਸੰਖਿਆ ਦਿੱਤੀ ਹੋਈ, ਠੀਕ ਹੈ। ਜਦੋਂ ਹਰ ਛੋਟਾ ਹੁੰਦਾ, ਜਿਹੜਾ ਇਹਨੂੰ ਭਾਗ ਕਰਕੇ ਆਂਸਰ ਆਊਗਾ, ਵੱਡਾ ਆਊਗਾ ਆਊਗਾ ਨਾ, ਇੱਥੇ ਬਟੇ ਦੇ ਵਿੱਚ ਵੱਡੀ ਸੰਖਿਆ, ਇੱਥੇ ਕੀ ਆਊਗਾ ਤੁਹਾਡੇ ਕੋਲ ਇਹਦਾ ਆਂਸਰ? ਇਹਦਾ ਆਂਸਰ 0 ਕੁਛ ਆਊਗਾ, ਇਹਦਾ ਆਂਸਰ 1 ਕੁਛ ਆਊਗਾ, ਤਾਂ ਕਿਹੜੀ ਵੱਡੀ ਹੋ ਗਈ? 5/4। ਤਾਂ ਮੈਂ ਕੀ ਪਾਵਾਂ? 4/5 ਕੀ ਹੈ? ਛੋਟਾ ਹੈ ਕਿਹਦੇ ਤੋਂ? 5/4 ਤੋਂ। ਜਾਂ ਮੈਂ ਉਲਟ ਉਲਟ ਕੀ ਕਹਾਂ, ਉਲਟ ਮੈਂ ਇੱਦਾਂ ਕਹਿ ਸਕਦੀ ਕਿ 5/4 ਕੀ ਹੈ? ਵੱਡਾ ਹੈ 4/5 ਤੋਂ, ਠੀਕ ਹੈ ਜੀ। ਤਾਂ ਐਂਡ ਦੇ ਵਿੱਚ ਅਸੀਂ ਜਾ ਕੇ ਇਹਨੂੰ ਕੀ ਕਰ ਦੇਵਾਂਗੇ? ਸਬਮਿਟ ਕਰ ਦੇਵਾਂਗੇ, ਠੀਕ। ਇਸ ਤਰੀਕੇ ਦੇ ਨਾਲ ਆਪਾਂ ਅੱਜ ਕੀ ਕਰਾਂਗੇ? ਆਪਣੀ ਫਾਈਨਲ ਰਿਵੀਜ਼ਨ ਕਰਾਂਗੇ, ਔਰ ਇਹ ਰਿਵੀਜ਼ਨ ਓਬਵੀਅਸਲੀ ਤੁਹਾਡਾ ਕੰਫੀਡੈਂਸ ਹੋਰ ਬੂਸਟ ਕਰੂਗੀ, ਔਰ ਉਸ ਤੋਂ ਬਾਅਦ ਵੀ ਤਿਆਰੀ ਕਰਦੇ ਰਹੋ। ਕੱਲ੍ਹ ਬਹੁਤ 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 ਵਧੀਆ ਟੈਸਟ ਕਰਿਓ। ਆਲ ਦ ਵੈਰੀ ਬੈਸਟ।